ਅੱਜ ਦੇਸ਼ ਬਹੁਤ ਹੀ ਭਾਗਾਂ ਭਰੇ ਦਿਨ ਤੇ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਰੋਜ਼ਗਾਰ ਤੇ ਲੱਗੇ ਨੇ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਵਧਾਈਆਂ। ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਿਜਲੀ ਮੰਤਰੀ ਜੋ ਕਿ ਜੰਡਿਆਲਾ ਗੁਰੂ ਹਲਕੇ ਤੋਂ MLA ਨੇ ਹਰਭਜਨ ਸਿੰਘ ਜੀ, ਸਾਡੇ ਬਲਦੇਵ ਸਿੰਘ ਸਰਾਂ ਜੀ ਜਿਹੜੇ CMD ਨੇ ਬਿਜਲੀ ਬੋਰਡ ਦੇ, ਰਾਹੁਲ ਤਿਵਾੜੀ ਜੀ ਜਿਹੜੇ ਸੈਕਟਰੀ ਨੇ ਬਿਜਲੀ ਬੋਰਡ ਦੇ, ਸਾਡੇ ਸੁਰ ਸਿੰਘ ਵਾਲਾ ਜਿਹੜੇ ਕਿ ਚੇਅਰਮੈਨ ਨੇ, ਮੈਂਬਰ ਨੇ, ਡਾਇਰੈਕਟਰ ਨੇ, ਔਰ ਬਿਜਲੀ ਬੋਰਡ ਦੇ ਸਾਰੇ ਜਿੰਨੇ ਵੀ ਅਧਿਕਾਰੀ ਇੱਥੇ ਬੈਠੇ ਨੇ, ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵੀ ਦਿੰਦਾ। ਤੁਹਾਡੇ ਪਰਿਵਾਰ 'ਚ ਵਾਧਾ ਹੋਇਆ। ਗੱਲ ਇਹ ਨਹੀਂ ਹੈਗੀ ਕਿ ਮੈਂ ਕੋਈ ਆਸਾਨ ਕਰ ਰਿਹਾ ਤੁਹਾਡੇ 'ਤੇ, ਤੁਸੀਂ ਡਿਜ਼ਰਵ ਕਰਦੇ ਹੋ, ਤੁਸੀਂ ਬਹੁਤ ਸਾਲਾਂ ਤੋਂ ਡਿਜ਼ਰਵ ਕਰਦੇ ਸੀ, ਬੜੀ ਦੇਰ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸੀ ਨੌਕਰੀਆਂ। ਕਈ ਤਾਂ ਧਰਨੇ ਲਾਉਂਦੇ ਲਾਉਂਦੇ ਓਵਰ ਏਜ ਹੋ ਗਏ ਜੀ, ਅਸੀਂ ਉਮਰ ਦੀ ਹੱਦ ਵਧਾ ਰਹੇ ਹਾਂ ਹੁਣ ਉਹਨਾਂ ਵਾਸਤੇ, ਵੀ ਇਹਨਾਂ ਦਾ ਕੀ ਕਸੂਰ ਹੈ? ਵੀ ਕਿਸੇ ਨੇ ਕੁਝ ਸੋਚਿਆ ਨਹੀਂ ਜੀ। ਜਿਹੜਾ ਆਉਂਦਾ ਸੀ ਆਪਦੇ ਧੀਆਂ ਪੁੱਤਾਂ ਬਾਰੇ ਸੋਚਦਾ ਸੀ, ਲੋਕਾਂ ਬਾਰੇ ਸੋਚ ਲਿਆ ਨੀ ਉਹਨਾਂ ਨੇ? ਚੁੱਲ੍ਹੇ ਬੁਝਾ ਤੇ ਸੱਥਾਂ ਚੋਂ ਰੌਣਕਾਂ ਉੱਡ ਗਈਆਂ, 30-30 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ। ਚਿੰਤਾ ਚਿਖਾ ਸਮਾਨ ਬਾਣੀ 'ਚ ਲਿਖਿਆ, ਚਿੰਤਾ ਖਾ ਗਈ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜਾਂ ਨਾ ਪੱਕੂ, ਰੋਟੀ ਦੇ ਚੱਕਰਾਂ 'ਚ ਹੀ ਪਾ ਰੱਖਿਆ ਅਸੀਂ ਤਾਂ। ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ 1300 ਤੋਂ ਜ਼ਿਆਦਾ ਚੁੱਲ੍ਹੇ ਅੱਜ ਬਲਣਗੇ, 50,000 ਦੇ ਨੇੜੇ ਤੇੜੇ 2.5 ਸਾਲਾਂ 'ਚ ਨੌਕਰੀਆਂ ਦੇ ਚੁੱਕਿਆ ਸੀ, ਔਰ ਇੱਕ ਵੀ ਬੰਦਾ ਉਹਦੇ 'ਚੋਂ ਉੱਠ ਕੇ ਕਹਿ ਦੇ ਕਿ ਇੱਕ ਰੁਪਈਆ ਲੱਗਿਆ ਸਾਡਾ ਸਿਫਾਰਿਸ਼ ਤੇ, ਜਾਂ ਕਿਸੇ ਮੰਤਰੀ ਨੇ ਜਾਣਦਾ ਸੀ ਸਾਨੂੰ ਤਾਂ ਕਰਕੇ ਸਾਨੂੰ ਨੌਕਰੀ ਨਹੀਂ ਮਿਲੀ, ਫਲਾਨੇ ਨੂੰ ਮੰਤਰੀ ਜਾਣਦਾ ਸੀ ਉਹਨੂੰ ਮਿਲ ਗਈ, ਇੱਕ ਬੰਦਾ ਕਹਿੰਦੇ ਉੱਠ ਕੇ ਬਿਲਕੁਲ ਪਾਰਦਰਸ਼ਤਾ ਨਾਲ ਨੌਕਰੀ ਦਿੱਤੀਆਂ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਈਕਨ ਦਬਾਨਾ ਨਾ ਭੁਲੇ।